ਜਿਹੜੀ ਸਬਜ਼ੀ ਜਿਹੜੀ ਖੇਤੀ ਸੀ ਉਹਨਾਂ ਸਰਕਾਰ ਹਾਊਸ ਪਾਗ ਦੇ ਨਾਂ ਤੇ ਸਰਚ ਕੀਤੀ ਜੀ ਸੀ ਦੇਖੋ ਨਾ ਰੱਬ ਤੋਂ ਤੱਕਣਾ ਹੁੰਦਾ ਹੈ ਇਧਰ ਮੇਰੀ ਗੱਲ ਸੁਣੀ ਕਿ ਨਹੀਂ ਰੱਬ ਵਸੀਲਾ ਪੈਦਾ ਕਰਨਾ ਹੁੰਦਾ ਹੈ ਯਕੀਨ ਕਰਕੇ ਨੂੰ ਤੁਸਾਂ ਨੂੰ ਸਮਝ ਨਹੀਂ ਨਾ ਤੁਸੀਂ ਸੱਜੇ ਖੱਬੇ ਜਾਂਦੇ ਹੋ ਇਧਰ ਇਧਰ ਸੱਜੇ ਖੱਬੇ ਜਾਂਦੇ ਹੋ ਬਾਰ ਬਾਰ ਤੇ ਮਾਮਾ ਮੰਗਣੇ ਹੋ ਇੱਕ ਬੰਦੇ ਕੋਲੋਂ ਮੈਂ ਪੁੱਛਿਆ ਕਹਿੰਦੇ ਜੀ ਮੇਰੇ ਘਰ 6 ਸਾਲ ਹੋ ਗਏ ਮੇਰੇ ਘਰ ਧੀ ਪੁੱਤਰ ਕੋਈ ਨਹੀਂ 6 ਸਾਲ ਹੋ ਗਏ ਮੈਨੂੰ ਦੁਆ ਮੰਗਦੇ ਆ ਮੈਂ ਆ ਉਮਰ ਕਿਤਨੀ ਹੈ ਹਾਂ 29 ਸਾਲ ਮੈਂ ਆਖਾ ਬੀਵੀ ਜੀ ਆਹ 23 ਸਾਲ ਮੈਂ 23 ਸਾਲ ਬੀਵੀ ਜੀ ਤੇ 29 ਸਾਲ ਤੇਰੀ ਹਾਂਜੀ ਮੈਂ ਆਖਿਆ ਇਹ ਗੱਲ ਦੱਸ 29 ਸਾਲ ਤੇਰੀ ਉਮਰ ਹੈ ਜਿਹੜੇ ਕੰਮ ਮੇਰਾ ਰੱਬ ਆਖਦਾ ਰੱਬ ਸੁਣ ਜਿਹੜੇ ਫਰਮਾਏ ਕੁਰਾਨੇ ਪਾਕ ਅੰਦਰ ਮੈਂ ਤਰੈ ਫਰਮਾਨ ਮੰਨਣਾ ਤਰੈ ਰੱਬ ਦਾ ਫਰਮਾਨ ਰੱਬ ਦੇ ਰਸੂਲ ਦਾ ਫਰਮਾਨ ਦਾ ਕੁਰਾਨ ਦਾ ਫਰਮਾਨ ਇਸ ਤੋਂ ਇਲਾਵਾ ਮੈਂ ਕੋਈ ਫਰਮਾਨ ਨਹੀਂ ਮੰਨਦਾ ਨਾ 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 ਇਹ ਜ਼ਹਿਨ ਵਿੱਚ ਕੱਟ ਛੱਡੋ ਕੋਈ ਫਰਮਾਨ ਨਹੀਂ ਹੈਗਾ ਹੈ ਹੀ ਨਹੀਂ ਪੱਕੀ ਗੱਲ ਹੈ ਇਧਰ ਮੇਰੀ ਗੱਲ ਸੁਣ ਕੇ ਨਾ ਪੱਕੀ 100% ਤੇਰਾ ਹੀ ਫਰਮਾਨ ਹੈ ਜੇ ਰੱਬ ਆਖਿਆ ਨਮਾਜ਼ ਪੜ੍ਹੋ ਮੈਂ ਆਖਿਆ ਪੜ੍ਹਨੇ ਹਾਜੀ ਕੋ ਅਗਵਾ ਪੜ੍ਹ ਛੋੜਨਾ ਮੈਂ ਆਖਿਆ ਜੁਮਾ ਹਾਜੀ ਕਦੀ ਕਦੀ ਪੜ੍ਹ ਛੋੜਨਾ ਮੈਂ ਤੁਹਾਡੀ ਬੀਵੀ ਹਾਜੀ ਉਹ ਬਸ ਮੈਂ ਉਸ ਨਾਲ ਕਦੀ ਇਹ ਗੱਲ ਪੁੱਛੀ ਵੀ ਨਹੀਂ ਮੈਂ ਅੰਦਾਜ਼ਾ ਲਾ ਲੈ ਹੱਥ ਆਣ ਖਲੇ ਕਰੋ ਜ਼ਰਾ ਮੈਂ ਦੇਖਾਂ ਤੁਸੀਂ ਜ਼ਿੰਦਾ ਹੋ ਕੇ ਬੁੜਦਾ ਉਹ ਮੇਰੇ ਨਾਲ ਕੁਝ ਹੋ ਤਾਂ ਨਹੀਂ ਗਿਆ ਤੁਹਾਨੂੰ ਖਲੇ ਕਰੋ ਮੈਂ ਗੱਲ ਤੁਹਾਨੂੰ ਹੋਰ ਦੱਸਾਂ ਜਿਸ ਘਰ ਵਿੱਚ ਬੀਵੀ 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 ਗੱਲ ਮੇਰੀ ਜ਼ਰਾ ਹੋਰ ਨਾਲ ਸੁਣਿਓ ਇਹ ਗੱਲ ਤੁਹਾਨੂੰ ਪਹਿਲੇ ਦੱਸੀ ਅਗਰ ਨਾ ਅੰਦਰ ਮੁਹੰਮਦ ਨਹੀਂ ਅਹਿਮਦ ਨਹੀਂ ਅਲੀ ਨਹੀਂ ਹਸਨ ਨਹੀਂ ਹੁਸੈਨ ਨਹੀਂ ਫਿਤਨਾ ਹੈ ਫਿਤਨਾ 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 ਰਿਸ਼ਤਾ ਨਾ ਦਿਓ ਨਾ ਦਿਓ ਨਾ ਦਿਓ ਨਾ ਅੰਦਰ ਤੱਕੋ ਇਹ ਚੀਜ਼ ਹੈ ਹਾਂ ਹੈ ਦੇ ਦਿਓ ਧੀਆਂ ਦੇਣੇ ਚੀਜ਼ ਹੈ ਬੇਟੀਆਂ ਦੇਣੇ ਚੀਜ਼ ਹੈ ਇਹ ਗੱਲ ਇੱਕ ਤੁਹਾਡੇ ਨਾਲ ਹੋਣੇ ਇੱਥੇ ਕਿੱਥੇ ਹੀ ਇਸੀ ਜਗ੍ਹਾ ਤੇ ਤੁਹਾਡੇ ਨਾਲ ਫਿਰ ਮੁੱਕਣਾ ਇਹ ਬਾਬਾ ਗੁਰੂ ਨਾਨਕ ਨਹੀਂ ਗੁਰੂ ਨਾਨਕ ਬਾਬਾ ਗੁਰੂ ਨਾਨਕ ਇਹ ਇੱਥੇ ਗੰਧਾਰੀ ਵਾਲੇ ਸਰਕਾਰ ਵੀ ਹੈ ਬਾਬਾ ਗੰਧਾਰੀ ਸਰਕਾਰ ਵੀ ਹੈ ਗੁਰੂ ਨਾਨਕ ਹੋਰ ਵੀ ਹੈ ਉਹ ਬਾਬਾ ਗੁਰੂ ਨਾਨਕ ਹੋਰ ਇੰਝ ਬੈਠੇ ਜਾਣ ਨਾ ਇੰਝ ਅਤੇ ਜਿਸਲੇ ਕੋਈ ਲਾਸ਼ ਹੋੜੇ ਨਾ ਕੁਆਲੀ ਮੈਂ ਪਾਣੀ ਤਲੀ ਮੈਂ ਪਾਣੀ ਤਲੀ ਬਾਬਾ ਰਹਿ ਇੰਝ ਕਰਦੇ ਹੁੰਦੇ ਸਨ ਜਿਹੜਾ ਉਹਨਾਂ ਕੋਲ ਬਾਲਕਾ ਹੋਇਆ ਨਾ ਬਾਲਕਾ ਉਹ ਪੁੱਛਦਾ ਹੁੰਦਾ ਸੀ ਬਾਬਾ ਕੋ ਅੰਦਰੋਂ ਅੰਦਰੀ ਤੁਸੀਂ ਕੋ ਮੋਲਾ ਸਹਿਰ ਨਾਲ ਤਾਂ ਨਹੀਂ ਮਿਲਦੇ ਹੋ ਹੈਂ ਜੁਮਲੇ ਚੁੱਪ ਇੱਕ ਦਿਨ ਉੱਚੀਆਂ ਕੁਆਲੀ ਲੱਗੀ ਤਾਂ ਬਾਬੇ ਗੁਰੂ ਨਾਨਕ ਗੁਰ ਉੱਠ ਕੇ ਧਮਾਲ ਪਾਉਣੀ ਸ਼ੁਰੂ ਕਰ ਦਿੱਤੀ ਹੈਂ ਜਿਹੜੇ ਧਮਾਲ ਪਾ ਕੇ ਥੱਲੇ ਬੈਠੇ ਨਾ ਥੱਲੇ ਬੈਠਣ ਬਾਲਕਾ ਪੁੱਛਣਾ ਬਾਬਾ ਸੱਚ ਗੱਲ ਦੱਸ ਸੱਚੀ ਸੱਚੀ ਝੂਠ ਨਾ ਆਖੀ ਇਹ ਧਮਾਲ ਦੀ ਕਸਮ ਹੋਵੇ ਅੱਜ ਗੱਲ ਨਾ ਦੱਸੇ ਤਾਂ ਫਿਰ ਮੈਂ ਸਮਝਾ ਮੇਰੀ ਗੱਲ ਸੁਣੀ ਕਿ ਤੈਨੂੰ ਇਸ ਧਮਾਲ ਦੀ ਕਸਮ ਹੋਵੇ ਗੱਲ ਸੱਚੀ ਸੱਚੀ ਦੱਸੇ ਅੰਦਰੋਂ ਅੰਦਰੋਂ ਤੁਹਾਡਾ ਇਹ ਜਿਹੜਾ ਸਿਸਟਮ ਹੈਗਾ ਇੱਕ ਮੋਲਾ ਸਹਿਰ ਨਾਲ ਤਾਂ ਨਹੀਂ ਮਿਲਿਆ ਨਾ ਪੁੱਛਣਾ ਨਾ ਬਾਬਾ ਗੁਰੂ ਨਾਨਕ ਤੇਰੇ ਘਰ ਔਰਤਾਂ ਕਿਤਨੀਆਂ ਨੇ ਕਹਿੰਦਾ ਚਾਰ ਕਿਹੜੀਆਂ ਕਿਹੜੀਆਂ ਆ ਇੱਕ ਮਾਂ ਦੂਈ ਭੈਣ ਤ੍ਰੀ ਬੀਵੀ ਚੌਥੀ ਬੇਟੀ ਚਾਰ ਔਰਤਾਂ ਨਾ ਤੇਰੇ ਘਰ ਹਾਂ ਬਾਬਾ ਜੀ ਆਈ ਨਾ ਚਾਹ ਕੋਲ ਸੀਂਦੇ ਬਾਬਾ ਕੀ ਹੋਇਆ ਜੀ ਹੋਏ ਕਹਿੰਦਾ ਬਾਬਾ ਜੀ ਕੀ ਗੱਲ ਕਰਦੇ ਪਏ ਹੋ ਅੱਲਾ ਦੇ ਬੰਦੇ ਹੋ ਕੀ ਗੱਲ ਕੀਤੀ ਤੁਸਾਂ ਇਹਨਾਂ ਚਾਹ ਕੋਲ ਕੋਈ ਸਹਿ ਸਕਣਾ ਉਹ ਹੋਇਆ ਕੀ ਕਹਿਣਗੇ ਜੀ ਮੇਰਾ ਜ਼ਮੀਰ ਨਹੀਂ ਮੰਨਣਾ ਜ਼ਮੀਰ 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 ਬਾਬਾ ਗੁਰੂ ਨਾਨਕ ਆਖਦੇ ਨੇ ਇਹ ਹੀ ਜ਼ਮੀਰ ਹੈ ਇਹ ਹੀ ਜ਼ਮੀਰ ਹੈ ਇਹ ਜਿਹੜਾ ਜ਼ਮੀਰ ਹੈ ਇਹ ਹੀ ਸਹਿਲ ਹੈ ਸਹਿਲ ਬੋਲਾ ਸਹਿਲ ਹੈ ਇਹ ਹੀ ਬੋਲਾ ਸਹਿਲ ਹੈ ਇਹ ਨੂੰ ਸੇਵਾ ਪਸੰਦ ਕਰਕੇ ਲੈ ਫਿਰ ਜੀ ਜੀ ਨਹੀਂ ਅਗਰ ਨਹੀਂ ਸਹਿਲ ਦਾ ਤਾਂ ਫਿਰ ਸਮਝ ਕੇ ਨਹੀਂ ਮੇਰੀ ਗੱਲ ਸੁਣ ਕੇ ਇਹ ਸਹਿਲ ਨਹੀਂ ਅਸਹਿ ਦੂਸਰੇ ਪੀ ਡੀ ਐਮ ਵੀ ਬਣ ਗਏ ਬੰਗਲੇ ਵੀ ਬਣ ਗਏ ਪਲਾਲੇ ਵੀ ਬਣ ਗਏ ਹਰ ਚੀਜ਼ ਬਣ ਗਈ ਹੁਣ ਤੁਹਾਡਾ ਦਿਲ ਕਰਦਾ ਅੱਗੇ ਜਾਣੇ ਅੱਗੇ ਅੱਗੇ
अगे जाने का है। बड़े मजे की गल और याद आई, ये हाजरी के तौर पर इधर मेरी गल सुन के नहीं हो। ए देखो ना पिंडी नाल ग्रां भी हैं, पिंड भी हैं, पिंडी नाल है इतो थोड़े अगे जाओ है अटकांदा, इस नाल भी पिंड है। गुजर खान जाओ उस नाल भी पिंड है। सुहावा देखो उस नाल पिंड है। जेलम तको उस नाल पिंड है। खारियां तको उस नाल पिंड है। उस तो बाद लाला मूसा तको उस नाल पिंड है। गुजरात तको उस नाल पिंड है। गुजरा गुजरांवाला तको उस नाल पिंड है। वजीराबाद तको उस नाल पिंड है। शेखूपुरा तको तो उस नाल पिंड है। पिंड है नहीं है। इसी तरीके नाल बगदाद शरीफ नाल भी पिंड है। पिंड है, पिंड है, हाँ पिंड है। पिंडो एक बच्चा है, बच्चा है आन के तो सरकार गौस पाक दे मदरसे अंदर आन के दाखला ले लिया। उन्होंने जेडे नाजमे आला सन ना उन्होंने दसिया सी कि पिंड के बच्चे बहुत ज्यादा ही मेरी गल सुन कि नहीं अमीयत दे पिंड थावान जेडे बच्चे आते। बच्चा आया एक महीना, दो महीने, तीन महीने, चार महीने, पांच महीने, छह महीने, सात महीने है उस मदरसे में लाए। उस सरकार के जोड़े मामलात से सारे तके वापस कर जाए। प्यो लादा पूछे, मां लादा पूछे, भैन लादा पूछे, भरजाई लादा पूछे, ताए चाचे लादा पूछण, मामे लादा पूछण, कहना वो सरकार के ही है। सरकार किस किस्म ने, सरकार की कर रहे, की जानने में। कहना सरकार कोई आराम का माल लैके आ जाए ना, सरकार नु एकदम पता लग जाता है। सरकार को कोई चोरी का माल लैके आ जाए सरकार नु इंज पता लगना है, इंज कोई सूद का कोई सदके का गोश वोश लैके आ जाए सरकार नु इंज पता लगना है। इंज सारिया गलां कीतियां तो उसका प्यो जिहड़ा आ ना गल होर ना सुनियो, दिमाग हाजिर रखियो। बड़ी वड्डी गल इहना वा उत्तों ही गुजर जाए। वह जिस वेले उसके प्यो आखे यार सरकार नु दावत नहीं देने, एक टाइम खाना खाने नहीं जी, क्यों नहीं, मैं जरूर दावा दे सकूं। उन्हें कबूल फरमाई तो ठीक है, ना फरमाई तो चलो कोई नहीं, खैर है मैं उन्होंने तालबे लम हूँ। बच्चे सुन दावत दी सरकार है इंज करके तकिया ना, इंज ये तकना कुछ और है। पिछे के हो रहे है, पिछे के हो रहे है। जल्द इंज करके उन्हें तकिया इसका प्यो के सोचना पे इन्हें पिछले के कहानी कड़ी थी। उन्हें आखिया जी बिस्मिल्ला, जी आने वाली जुमरात है इंशाअल्लाह जरा सा एक डेढ़ बजे जरा खाना है वो थोड़े ना है, तू इंज करेंगे इस मंगल दड़े तू चला जाए जुमराती असं तेरे को आ रहे। सरकार जुमरात वाले दिन उसके घर खाने वास्ते पहुँच गए ने, फर्स्ट क्लास दस्तरखान लगे, सारे ममान शमान बह गए जो सरकार नाल गए वो भी बह गए। सरकार सब्जी बड़ी पसंद करते सर है, सब्जी बड़ी पसंद करते सर, बड़े शौक न खाते सर है। सरकार ऐसी सब्जी एक डूंगा के चिता करके उसी चो पाई रोटी खानी शुरू की, चार बोरियां सरकार सुन मांज जबान ते रखी लगते रखी अंदर कर छोड़ियां ते नाल ही उसका प्यो हसना शुरू हो गया। उसका प्यो हसना शुरू हो गया। सरकार पूछे भाई तेरा प्यो क्यों हसना है, कहने हुजूर मैं तुसा के दसा हने ने ने दस दस, कहना नहीं जी मैं तुसा के दसा मैं आप बड़ा मजबूर हाँ, कहना नहीं नहीं बच्चे दस, कहने लगे जी मैं इन्हें अगर तरीफा करता हूँ सर कोई चोरी शोरी की कोई चीज़ हो या इंज हो तो सरकार को पता लग जाता ये जी तुम सब्जी खाते पे हो ये चोरी करके आँगी मेरे अबे सुन है। अच्छा चोरी करके आँगी नहीं, कहने गया हाँ अच्छा पक्की गल है, पक्की गल है, हाँ जरा दादे ही बुलवा ना उरे तो चाचे ही बुलवा मामे ही बुला या अपने पनोई अगे बुलवा, वो कितना चोरी करके आँगी वो कहने जी फलानी जाई हाँ चले जाओ उठे जाओ जाओ जाके उस खेत जो जाके पता करो है केड़े खेत अले की चोरी की थी है। वो सारे रल मिल के गए उठे जिसे ये सब्जी चोरी करके आँगी वो जोड़ा सब्जी अला सा मालक बाबा बुढ़ा या है इस नो अगे उसकी औलाद भी वह भी बाहर निकल आए चार पाँच बंदे गए मौके से चले गए खूह से सब्जी जी पूछी कहने के जी मेरे वे पुत्र का ये छोटे पुत्र की पाई है ये वे पुत्र नहीं है वो मेरे भाई की है मेरी गल मैं अपनी धीन दी थी ए फलाने दी थी ये मैं आप रखी थी ये जी गरीब मस्कीन वास्ते ए जी नाल है मैं सरकार हौस पाक दे मैं सरकार के नाम से वकफ की थी है सरकार के नाम से वकफ की थी वकफ वकफ
सुभान अल्लाह सुभान अल्लाह गौसिया क्या गौसिया अल्लाह अल्लाह हो अल्लाह हो अल्लाह हो अल्लाह हो अल्लाह हो